ਸਤਿ ਸ਼੍ਰੀ ਅਕਾਲ ਜੀ, ਤੁਸੀਂ ਦੇਖ ਰਹੇ ਹੋ ਏ ਜੀ ਅੰਮ੍ਰਿਤਸਰ ਪੰਜਾਬ ਨਿਊਜ਼ ਚੈਨਲ। ਅੱਜ ਦੀ ਬਹੁਤ ਵੱਡੀ ਖਬਰ, ਦਿੱਲੀ ਸਰਕਾਰ ਦੇ ਫੈਸਲੇ ਉੱਤੇ ਨਾ ਖੁਸ਼ ਹੋਣ ਕਰਕੇ ਜ਼ਿਲ੍ਹਾ ਖਡੂਰ ਸਾਹਿਬ ਦੇ ਪੰਜਾਬੀਆਂ ਵੱਲੋਂ ਕੇਜਰੀਵਾਲ ਦੇ ਪੋਸਟਰਾਂ ਉੱਤੇ ਕਾਲਖ ਲਗਾਈ ਗਈ। ਕਾਰਨ ਦੱਸਿਆ ਜਾ ਰਿਹਾ ਹੈ ਭਾਈ ਦਵਿੰਦਰਪਾਲ ਸਿੰਘ ਭੁੱਲਰ ਦੀ ਰਿਹਾਈ ਨਾ ਹੋਣ ਕਰਕੇ ਪੋਸਟਰਾਂ ਉੱਤੇ ਕਾਲਖ ਲਗਾਈ ਗਈ। ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਸਿੰਘੋ ਆਹ ਦੇਖ ਲਓ, ਕੇਜਰੀਵਾਲ ਦਾ ਮੂੰਹ ਕਾਲਾ ਕੀਤਾ ਵਾ। ਇਹ ਹਲਕਾ ਖਡੂਰ ਸਾਹਿਬ ਦੇ ਇੱਕ ਪਿੰਡ ਦੀ ਤਸਵੀਰ ਆ, ਜਿੱਥੋਂ ਇਹ ਨੌਜਵਾਨਾਂ ਨੇ ਕੇਜਰੀਵਾਲ ਦੇ ਪੋਸਟਰਾਂ ਦੇ ਕਾਲਾ ਰੰਗ ਲਾਇਆ ਆ। ਇੱਥੋਂ ਪਤਾ ਲੱਗਦਾ ਆ ਕਿ ਨੌਜਵਾਨਾਂ ਦੇ ਪ੍ਰਤੀ ਦਲਾਂ ਦੇ ਵਿੱਚ ਕਿੰਨਾ ਜ਼ਖੀਲੀ ਪਿਆਰ ਆ। ਇਹ ਵੀਡੀਓ ਕੇਜਰੀਵਾਲ ਤੱਕ ਪਹੁੰਚਾ ਦਿਓ ਤਾਂ ਕਿ ਉਹਨੂੰ ਵੀ ਪਤਾ ਲੱਗੇ ਵੀ ਸਿੰਘਾਂ ਨਾਲ ਵੈਰ ਪਾਉਣ ਦਾ ਕੀ ਨਤੀਜਾ ਮਿਲਦਾ ਆ। ਉਹਨੂੰ ਵੀ ਪਤਾ ਲੱਗੇ ਵੀ ਜਿਹੜੇ ਕੱਲ੍ਹ ਇਸ ਦੀ ਜੈ ਜੈਕਾਰ ਕਰਦੇ ਸੀ, ਇਸ ਨੂੰ ਪੰਜਾਬ ਦੇ ਵਿੱਚ ਲਿਆਉਣਾ ਚਾਹੁੰਦੇ ਸੀ, ਅੱਜ ਉਹੀ ਇਸ ਦਾ ਮੂੰਹ ਕਾਲਾ ਕਰ ਰਹੇ ਆ। ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ।